ਖਾਲਸਾ ਫੋਰਸ ਸੁਲਤਾਨਪੁਰ ਲੋਧੀ ਦੇ ਮੁਖੀ ਬਾਬਾ ਅਜੀਤ ਸਿੰਘ ਵੱਲੋਂ ਅੱਜ ਮੱਖੂ ਦਾਣਾ ਮੰਡੀ ਵਿੱਚ 5 ਲੜਕੀਆਂ ਦੇ ਆਨੰਦ ਕਾਰਜ ਕੀਤੇ ਗਏ। ਇਸ ਮੌਕੇ ਲੜਕੀਆਂ ਨੂੰ ਘਰ ਵਿੱਚ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਦੱਸਿਆ ਗਿਆ ਕਿ ਪਹਿਲਾਂ ਵੀ 3000 ਲੜਕੀਆਂ ਦੇ ਆਨੰਦ ਕਾਰਜ ਕਰ ਚੁੱਕੇ ਹਨ। ਇਹ ਆਨੰਦ ਕਾਰਜ ਸੰਗਤਾਂ ਵੱਲੋਂ ਆਈ ਸੇਵਾ ਅਤੇ NRI ਵੀਰਾਂ ਦੇ ਦਿੱਤੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਬਾਬਾ ਜੀ ਵੱਲੋਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਕਿ ਇਹ ਧੀਆਂ ਆਪਣੇ ਸਹੁਰਾ ਪਰਿਵਾਰ ਨੂੰ ਸੁੱਖ ਦੇਣ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ, ਆਪ ਆਗੂ ਚੰਦ ਸਿੰਘ ਗਿੱਲ ਅਤੇ ਕਾਂਗਰਸੀ ਨਗਰ ਪੰਚਾਇਤ ਦੇ ਪ੍ਰਧਾਨ ਮਹਿੰਦਰ ਮਦਾਨ ਵੱਲੋਂ ਲੜਕੀਆਂ ਦੇ ਪੱਲਾ ਫੜਾਉਣ ਦੀ ਰਸਮ ਨਿਭਾਈ ਗਈ। ਲੜਕੇ ਅਤੇ ਲੜਕੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਹੋਰ ਵੀ ਰਾਜਨੀਤਿਕ, ਸਮਾਜਿਕ ਅਤੇ ਪੱਤਰਕਾਰਾਂ ਨੂੰ ਬਾਬਾ ਅਜੀਤ ਸਿੰਘ ਜੀ ਵੱਲੋਂ ਸਰੋਪਾ ਪਾ ਕੇ ਮਾਣ ਬਖਸ਼ਿਆ ਗਿਆ। ਆਏ ਹੋਏ ਬਰਾਤੀ ਸੱਜਣਾਂ ਵਾਸਤੇ ਮਠਿਆਈਆਂ, ਪਕੌੜੇ ਅਤੇ ਲੰਗਰ ਦਾ ਪ੍ਰਬੰਧ ਵਿਸ਼ੇਸ਼ ਤੌਰ 'ਤੇ ਕੀਤਾ ਗਿਆ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਸਿੰਘਾਂ ਸਿੰਘ ਪਟਾਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਸਰਬੱਤ ਗੁਰੂ ਖਾਲਸਾ ਦੇ ਬਾਣਾ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਦੀ ਰਾਤ ਜੀ ਦਾ ਧਿਆਨ ਕਰਕੇ ਸਰਬੱਤ ਗੁਰੂ ਖਾਲਸਾ ਜੀ ਬੋਲੋ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤਿਆ ਵੈ ਚਿੱਤਿਆ ਬਨਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਸੰਸਥਾ ਵੱਲੋਂ ਬੜੀ ਵੱਡੀ ਪੱਧਰ 'ਤੇ ਕੀਤੀਆਂ ਜਾ ਰਹੀਆਂ ਨੇ। ਸਾਡੇ ਅਤਿ ਸਤਿਕਾਰਯੋਗ ਬੀਬੀ ਕਰਸ਼ਨ ਕੌਰ ਖਾਲਸਾ ਜੀ ਲੁਧਿਆਣੇ ਤੋਂ ਪਹੁੰਚੇ ਨੇ। ਕੀਰਤਨ ਦੇ ਬੜੇ ਧਨੀ ਨੇ ਅਤੇ ਹਰ ਇੱਕ ਸਮਾਗਮ 'ਚ ਪਹੁੰਚਦੇ ਨੇ। ਅਤੇ ਦੇਖੋ ਹਿਮਾਚਲ ਤੋਂ ਪੰਡਿਤਾਂ ਦੀ ਲੜਕੀ ਹੈ ਅਤੇ ਗੁਰੂ ਨੇ ਕਿਰਪਾ ਕੀਤੀ ਹੋਈ ਹੈ। ਇੱਥੇ ਕੋਈ ਜਾਤ ਕੋਈ ਪਾਤ ਦਾ ਕੋਈ ਫਰਕ ਨਹੀਂ ਹੋਵੇਗਾ। ਸਿੰਘਣੀ ਸਾਡੀ ਹੈ ਅਤੇ ਕੀਰਤਨ ਦਾ ਆਨੰਦ ਹਰ ਇੱਕ ਸਮਾਗਮ 'ਤੇ ਜਾਣ ਆਉਂਦੇ ਨੇ ਜੀ। ਆਏ ਅੱਜ ਮਾਹੂ ਸ਼ਹਿਰ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਟਾਈਗਰ ਫੋਰਸ ਸੁਲਤਾਨਪੁਰ ਤੋਂ ਜਿਨ੍ਹਾਂ ਨੇ ਅੱਜ 5 ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਵਾ, ਬਹੁਤ ਹੀ ਸ਼ਲਾਘਾਯੋਗ ਆ। ਕਿਉਂਕਿ ਬਾਬਾ ਜੀ ਨੇ ਬਹੁਤ ਵੱਡਾ ਇਹ ਪਰਉਪਕਾਰ ਸ਼ੁਰੂ ਕੀਤਾ ਵਾ। ਕਹਿੰਦੇ ਵੀ ਹਰ ਮਹੀਨੇ ਦੀ 10 ਤਰੀਕ ਨੂੰ ਅਸੀਂ ਸੁਲਤਾਨਪੁਰ ਵਿੱਚ ਸ਼ਾਦੀਆਂ ਕਰਿਆ ਕਰਾਂਗੇ। ਇਹ ਜਿਹੜਾ ਵਾ ਕਾਰਜ, ਇਹ ਗਰੀਬ ਲੜਕੀਆਂ ਜਿਹੜੇ ਉਹ ਗਰੀਬ ਪਰਿਵਾਰ ਜਿਹੜੇ ਕਿ ਵਿਚਾਰੇ ਇੱਕ ਕਹਿੰਦੇ ਆ ਵੀ ਗਰੀਬ ਦੀ ਲੜਕੀ ਦੀ ਸ਼ਾਦੀ ਕਰ ਦੇਣੀ ਬਹੁਤ ਵੱਡਾ ਪੁੰਨ ਆ, ਪਰ ਇਹਨਾਂ ਨੇ ਐਡਾ ਵੱਡਾ ਕਾਰਜ ਸ਼ੁਰੂ ਕੀਤਾ ਵਾ। ਇਹ ਕਹਿੰਦੇ ਆ ਵੀ ਅਸੀਂ 3000 ਲੜਕੀਆਂ ਦੀਆਂ ਸ਼ਾਦੀਆਂ ਕਰ ਚੁੱਕੇ ਹਾਂ ਅਤੇ ਬਹੁਤ ਹੀ ਅੱਗੇ ਤੋਂ ਵੀ ਹਰ 10 ਤਰੀਕ ਨੂੰ ਹਰ ਮਹੀਨੇ ਦੀ ਸ਼ਾਦੀਆਂ ਕਰਿਆ ਕਰਾਂਗੇ ਸੁਲਤਾਨਪੁਰ ਦੇ ਵਿੱਚ। ਕਿਸੇ ਵੀ ਭੈਣ ਭਰਾ ਕੋਈ ਵੀ ਗਰੀਬ ਹੈ ਸਾਡੇ ਕੋਲ ਆਣ ਕੇ ਲਿਖਾ ਸਕਦਾ ਵਾ, ਠੀਕ ਹੈ। ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਦਾਨ ਜਿਹੜਾ ਵਾ ਉਹ ਲੜਕੀ ਦੀ ਸ਼ਾਦੀ ਗਿਣਿਆ ਗਿਆ ਵਾ। ਅੱਜ ਇਹ ਜਿਹੜਾ ਮਹਾਂਦਾਨ ਇਹ ਬੜਾ ਵੱਡਾ ਇੱਕ ਉਪਰਾਲਾ ਵਾ ਇਹਨਾਂ ਨੇ ਕੀਤਾ। ਮੈਂ ਸਾਰੇ ਜਿਹੜੇ ਵੀ ਆਏ ਹੋਏ ਆ ਜਿਨ੍ਹਾਂ ਦੀਆਂ ਸ਼ਾਦੀਆਂ ਵਾ ਉਹਨਾਂ ਨੂੰ ਮੁਬਾਰਕਬਾਦ ਦਿੰਦਾ।
गुरु महाराज के उन्होंने आशीर्वाद के नाल अज शादियां हुई मैं गुरु ग्रंथ साहब जी के हाजरी दे विच यही महाराज के अगे अरदास करदा सच्चे पातशाह उन्हां जिन्हें भी ये जोड़े आए आ ये अपने नवी जिंदगी शुरू कर जा रहे आ अज तो सच्चे पातशाह इन्हां ते मेहर भरिया हथ रखी ये अपने सहुरे घर जाके अपने माँ बाप की सेवा करन अते अपने सस सहुरे नूं माँ बाप समझण चंगे बन के विखाउण समाज दे विच एक नवी सरजना इन्होंने अज तो शुरू करनी आ सच्चे पातशाह उहो ही कृपा करूगा इन्हां ते मैं इन्ना कहिंदा होया जिहड़ियां नवीआं विआहीआं जोड़ियां उन्हां दे परिवार नूं मुबारकबाद दिंदा होया गुरु चरणां दे विच इही अरदास करदा सच्चे पातशाह उन्हां नूं उन्हां ते हमेशा मेहर भरिया हथ रखी अते चढ़दी कला विच रहण इस तरह आपदा खुशी खुशी जीवन बतीत करन इन्ना कहिंदा होया खिमां दा जाच का वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। खालसा फोर्स समाज सेवा दल बाबा अजीत सिंह जी तो समूह जथेबंदी वालों अज पांच लोड़वंद जोड़ियां दे आनंद कार्ज करवाए गए हैं। इस संस्था वालों फ्री एंबूलेंस की सेवा लोड़वंद विधवा बीबिया राशन की सेवा तो जेडे आर्थिक पक्षों कमजोर ने घरों उन्हां बच्चों की पढ़ाई का खर्चा भाव के यहोजे समाज के भलाई के कम यह संस्था जी कर रही है। अज इस संस्था वालों पांच लोड़वंद जोड़िया के आनंद कार्ज करवाए गए हैं तो हर एक 10 तरीक न सुल्तानपुर लोधी की धरती से गुरद्वारा रबाब साहब विखे आनंद कार्ज होया करेंगे जी। हाँ इन्ह बच्चों लोड़ी समान भी जो घरेलू समान भी है जथेबंदी वालों दिता जाना जी सारा।